ਸਸਰੀਕਾਲ ਤੇ ਸਾਰਿਆਂ ਦਾ ਕੀ ਹਾਲ ਚਾਲ ਹੈ ਤੇ ਅੱਜ ਆਪਾਂ ਬਣਾਵਾਂਗੇ ਛੇਵਾਂ ਬਲੌਗ ਤੇ ਪਿੰਡ ਹਰਚੰਦਪੁਰਾ ਨੇੜੇ ਧੂਰੀ ਆ ਤੇ ਬਹੁਤ ਹੀ ਵਧੀਆ ਪਲੇਅਰ ਆਏ ਹੋਏ ਇੱਕ ਵਾਰ ਉਹਨਾਂ ਟੂਰਨਾਮੈਂਟ ਚੱਲਦਾ ਵੱਡੇ ਪ੍ਰਾਈਜ਼ ਆ ਤੇ ਕਰਾਉਣਾ ਤੁਹਾਨੂੰ ਵਧੀਆ ਵਧੀਆ ਪਲੇਅਰਾਂ ਨਾਲ ਤੁਹਾਡੀ ਮੁਲਾਕਾਤ ਤੇ ਸਾਡੇ ਬਲੌਗ ਨੂੰ ਐਂਡ ਤੱਕ ਦੇਖਿਓ ਤੇ ਮਿਲਾਉਂਦੇ ਹਾਂ ਵਧੀਆ ਵਧੀਆ ਪਲੇਅਰਾਂ ਦੇ ਨਾਲ ਮਾਨ ਸੇਖਾ ਕਰ ਰਿਹਾ ਅਪਡੇਟ ਤੇ ਦਰਜੋਗਾ ਆਹਦਾ ਪ੍ਰਾਂਕਾ ਦੇ ਸਿਰੋਂ ਕੇ ਵਾਲਾ ਕਾਲਾ ਵੀ ਆ ਗਿਆ ਬੱਚੇ ਚਰਤੇ ਰਹਿੰਦੇ ਉਹਦੇ ਵੀ ਮਾਨਾ ਇੰਦਰ ਮੁੰਡੇ ਪੂਰੇ ਖੁਸ਼ ਨੇ ਬਾਈ ਤੇ ਹਰਚੰਦਪੁਰੇ ਰੌਣਕਾਂ ਨੇ ਅੱਜ ਤੇ ਅਗਲਾ ਮੈਚ ਵੀ ਬੜਾ ਤਕੜਾ ਲੱਗਣਾ ਮਾਨ ਸੇਖਾ ਦਾ ਬੈਟਰੀ ਤਾਂ ਨਹੀਂ ਲੋ ਹੋਈ ਇਹ ਨੀਲਾ ਕਰ ਦੂ ਬੈਟਰੀ ਲੋ ਤਾਂ ਨਹੀਂ ਹੋਈ ਹੋਰ ਫਿਰ ਜੋਗੇ ਹੈਗੀਆਂ ਨੇ ਬੋਲ ਆ ਵੀਰੋ ਕੇਲਾ ਨੀਲਾ ਕਰ ਦੂ ਕਹਿੰਦੀ ਆ ਦੁਨੀਆ ਨੂੰ ਵੀ ਚਰਚੇ ਗੱਡੇ ਆ ਤੇ ਯਾਰਾਂ ਦਾ ਯਾਰ ਆ ਇਹ ਆ ਬਾਈ ਜੋਗਾ ਤੋਏ ਵਾਲਾ ਕਮੈਂਟੇਟਰ ਤੇ ਨਾਲ ਮਾਨ ਸੇਖਾ ਅਪਡੇਟਰ ਚੋਟੀ ਦਾ ਅਪਡੇਟਰ ਹੈ ਤੇ ਇਸ ਤੋਂ ਬਾਅਦ ਹੋਰ ਕਰਾਂਗੇ ਤੁਹਾਡੀ ਮੁਲਾਕਾਤ ਕੇਲਾ ਪਹੁੰਚ ਗਿਆ ਤੇ ਘਰੇ ਘਰੇ ਵੜ ਜਾ ਕਰ ਬਾਈ ਘਰੇ ਘਰੇ ਵੜ ਜਾ ਕਰ ਜਵਾਬ ਤਾਂ ਦੇ ਮੇਰੀ ਗੱਲ ਦਾ ਘਰੇ ਘਰੇ ਵੜ ਜਾ ਕਰ ਦੋ ਮਹੀਨੇ ਹੋ ਗਏ ਮੈਨੂੰ ਲੱਗਦਾ ਤੈਨੂੰ ਬਾਹਰ ਦੇ ਦੇਣ ਮੈਨੂੰ ਲਓ ਜੀ ਇੱਧਰ ਆ ਮੁੰਡੇ ਬੈਠੇ ਇੱਧਰ ਗੋਰਾ ਪੂਰਾ ਕੁਛ ਆ ਆਈਫੋਨ ਦੇ ਦੰਦੀਆਂ ਵੱਡੀਆਂ ਰੋਟੀ ਖਾ ਕੇ ਅੱਜ ਨਾਗਰੀ ਖੇੜੇ ਕੀ ਬਣਿਆ ਗੁਰਕੀਰਤ ਯਾਰਾਂ ਦਾ ਯਾਰ ਕੀ ਹਾਲ ਹੈ ਹਾਂ ਵਧੀਆ ਆ ਸਾਡਾ ਛੋਟਾ ਬਾਈ ਸੁੱਖੀ ਲਾਲ ਕਮੈਂਟੇਟਰ ਹੁਣ ਕਮੈਂਟਰੀ ਨੀ ਕਰਦੇ ਕੀ ਗੱਲ ਹੈ ਲੈ ਵੀ ਗੁਰਕੀਰਤ ਨੂੰ ਮੈਂ ਬੜੇ ਫੋਨ ਕਰਦਾ ਕਮੈਂਟਰੀ ਕਰ ਸੁੱਖੀ ਲਾਲ ਆ ਬਾਈ ਨਵਾਂ ਕਮੈਂਟੇਟਰ ਇਹਨੂੰ ਵੱਧ ਤੋਂ ਵੱਧ ਮੌਕਾ ਦਿਓ ਜਿੰਨੇ ਵੀ ਭਰਾ ਸਾਡੇ ਬਲੌਗ ਦੇਖਣਗੇ ਤੇ ਬਾਈ ਦਾ ਅਸੀਂ ਨੰਬਰ ਕਨੈਕਟ ਪਾਵਾਂਗੇ ਵਿੱਚ ਤੇ ਇਹਨੂੰ ਮੌਕਾ ਦਿਓ ਵਧੀਆ ਕਮੈਂਟੇਟਰ ਨਵਾਂ ਹਾਲੇ ਨਵੀਂ ਨਵੀਂ ਕਮੈਂਟਰੀ ਕਰ ਲੱਗਿਆ ਬਾਕੀ ਇਕਬਾਲ ਮਲੂਕੇ ਨਵੇਂ ਬਲਾਰਿਆਂ ਬਾਰੇ ਤੇਰਾ ਕੀ ਖਿਆਲ ਆ ਹੈ ਉੱਠਣੀ ਆਪਾਂ ਕਹਿੰਦੇ ਵਧੀਆ ਬਾਈ ਮਿਹਨਤ ਕਰਦਾ ਤੂੰ ਕਿੰਨੀ ਕਰੀ ਮਿਹਨਤ ਮੁਲਾਕਾਤ ਕਰਾਉਣੇ ਮੰਦਰਾਂ ਵਾਲਿਆ ਜੇ ਪੜਦਾ ਪਾੜ ਗਿਆ ਤੇਰੇ ਜੁੰਮੇ 1200 ਰੁਪਇਆ ਲੱਗੂਗਾ ਨਾ ਜਿੱਥੇ ਮੈਂ ਆਉਣਾ ਉੱਥੇ ਆਉਣਾ ਦਾ ਤਾਂ ਹੈ ਸ਼ੇਅਰ ਸ਼ੁਰੂ ਕਰਦਾ ਕਰ ਸਾਡਾ ਬਲੌਗ ਕਰਦਾ ਹੁੰਦਾ ਬਾਈ ਤੇਰਾ ਤੇ ਸਾਰਾ ਵੱਧ ਮੈਂ ਬਲੌਗ ਸ਼ੇਅਰ ਕਰਦਾ ਕਿਹੜੀ ਆਈਡੀ ਤੇ ਅਪਡੇਟ ਕਰ ਰਿਹਾ ਜਾ ਅੱਜ ਸਕੋਰਬੋਰਡ 10 ਵਟ ਰੁੱਖਾ ਨਾਲ ਸਗਰੂਪ ਯਾਰੀ ਪੱਕੀ ਆ ਐ ਕੱਲ ਨੂੰ ਕਿੱਥੇ ਆਣਾ ਕੱਲ ਨੂੰ ਜਾਣਾ ਪੱਟੀਆਂ ਪੱਟੀਆਂ ਨਜ਼ਾਰੇ ਲਈ ਦੇ ਆਉਣਾ ਵਧੀਆ ਧੱਕਾ ਪੈਗਾ ਪੂਰਾ ਚੱਲਦਾ ਹੋਣਾ ਜੀ ਲੱਗਣ ਲੱਗ ਗਿਆ ਵਧੀਆ ਬਾਰੇ ਹੈ ਘਰੇ ਜੀ ਦਾ ਜੀ ਲੱਗਦਾ ਜੀ ਇਕਬਾਲ ਹਾਂ ਆ ਜਸ ਬੜ ਰੁੱਖ ਵਾਲਾ ਜਸ ਕੀ ਯਾਰ ਆ ਬਾਈ ਵਧੀਆ ਜੀ ਵਧੀਆ ਕਿਵੇਂ ਆ ਫਿਰ ਅੱਜ ਕੰਮ ਕੰਮ ਵਧੀਆ ਮੇਰੇ ਨਾਲ ਸਹੀ ਆ ਗਰਮੀ ਬਹੁਤ ਯਾਰ ਬਸ ਗਰਮੀ ਤੇ ਅਸੀਂ ਯਾਰ ਉੱਥੇ ਗਏ ਸੀ ਆਪਣਾ ਕੀ ਕਹਿੰਦੇ ਆਪਾਂ ਪਿੱਛੇ ਟੂਰਨਾਮੈਂਟ ਤੇ ਕਲਵਾਣੂ ਉੱਥੇ ਕੂਲਰ ਲੱਗੇ ਸੀ ਬਹੁਤ ਵਧੀਆ ਸਿਸਟਮ ਸੀ ਐਂ ਹੋਣਾ ਚਾਹੀਦਾ ਨਾ ਕਮੈਂਟਰੀ ਵਾਲੇ ਵਾਸਤੇ ਕਮੈਂਟਰੀਆਂ ਵਾਸਤੇ ਲਾਈਵ ਵਾਲੇ ਵਾਸਤੇ ਵੀ ਹੋਵੇ ਇੱਕ ਕੂਲਰ ਉਹ ਬਹੁਤ ਚੰਗੀ ਚੀਜ਼ ਸੀ ਪਾਣੀ ਵਧੀਆ ਵਰਤ ਪਾਈ ਸੀ ਪੱਖਾ ਤਾਂ ਜ਼ਰੂਰੀ ਹੈ ਨਹੀਂ ਇਹ ਬਾਈ ਸੰਗਰੂਰ ਕ੍ਰਿਕਟ ਫੇਵਰ ਤੇ ਬਾਈ ਦਾ ਪਹਿਲਾ ਪੇਜ ਜਿਹੜਾ ਬੰਦ ਹੋ ਗਿਆ ਸੀਗਾ ਤੇ ਨਵਾਂ ਪੇਜ ਦੁਬਾਰੇ ਚਲਾਇਆ ਤੇ ਬਾਈ ਸਪੋਰਟ ਕਰੋ ਤੇ ਜਿਹੜੇ ਅਸੀਂ ਲਿੰਕ ਪਾਵਾਂਗੇ ਇਹਦਾ ਪੇਜ ਦਾ ਤੇ ਇਹਨੂੰ ਫੋਲੋ ਕਰ ਲਿਓ ਸਾਰੇ ਡੈਕੋਰੇਸ਼ਨ ਵਿੱਚ ਲਿੰਕ ਪਾ ਦਾਂਗੇ ਤੇ ਇੱਧਰ ਇਕਬਾਲ ਮਲੂਕਾ ਤੇ ਇੱਧਰ ਦੇਖ ਸਕਦੇ ਹੋ ਤੁਸੀਂ ਹਰਚੰਦਪੁਰਾ ਪਿੰਡ ਆ ਜ਼ਿਲ੍ਹਾ ਸੰਗਰੂਰ ਧੂਰੀ ਨੇੜੇ ਪੈ ਜਾਂਦਾ ਹਾਂ ਮਲੂਕੇ ਵਾਲਾ ਬਾਹਲਾ ਫਿੱਟ ਰਹਿੰਦਾ ਬਾਹਲਾ ਖੁਸ਼ ਹੀ ਰਹਿਣਾ ਮੋਦੀ ਵਾਂਗੂ ਕੀ ਚੱਕਰ ਹੈ ਹੈਂ ਇਹ ਗੱਲ ਪੱਕੀ ਆ ਪਤਾ ਕੋਈ ਨਹੀਂ ਕੀ ਪਤਾ ਕਦੋਂ ਜ਼ਿੰਦਗੀ ਦੇ ਵਿੱਚ ਉੱਤਰ ਜਾਣਾ ਯਾਰ ਵੀ ਇਹ ਸੀ ਬਾਈ ਜਸ ਬਡਰੁੱਖਾਂ ਉਤਰਾ ਅੱਜ ਗੱਗੀ ਮੰਦਰਾਂ ਹੈ ਮਲੂਕੇ ਵਾਲਾ ਅਤੇ ਇਦੋਂ ਬਾਅਦ ਹੋਰ ਤੁਹਾਡੀ ਮੁਲਾਕਾਤ ਕਰਾਉਣਾ ਵਧੀਆ ਵਧੀਆ ਪਲੇਅਰਾਂ ਦੇ ਨਾਲ ਅਤੇ ਜੁੜੇ ਰਹੋ ਸਾਡੇ ਨਾਲ ਬਾਈ ਜੀ ਬਹੁਤ ਮਾੜੀ ਗੱਲ ਆ ਟੀਮਾਂ ਦੀ ਅਤੇ ਮਾਨ ਸੇਖਾ ਜੀ ਹਾਲੇ ਤੱਕ ਆਈਆਂ ਨਹੀਂ ਪ੍ਰੀ ਕੁਆਟਰ ਦੀਆਂ ਟੀਮਾਂ
ਮਾਨਾ ਮਾੜੀ ਗੱਲ ਟੀਮਾਂ ਦੇਣਾ ਹੈ ਦੀਪ ਕਰਨਦੀਪ ਟੀਮਾਂ ਨਹੀਂ ਆ ਰਹੀਆਂ ਕੀ ਚੱਕਰ ਹੈ ਹੈ ਸਾਹਿਬ ਕੀ ਗੱਲ ਹੈ ਟੀਮਾਂ ਨਹੀਂ ਆ ਰਹੀਆਂ ਬਹੁਤ ਮਾੜੀ ਗੱਲ ਹੈ ਮਲੁੱਕ ਵਾਲੇ ਇਕਬਾਲ ਨੂੰ ਪੂਰੀ ਖੁਸ਼ੀ ਚੜੀ ਪਈ ਆ ਇੰਨਾ ਖੁਸ਼ ਕਾ ਤੋ ਰਿਹਾ ਇੰਨਾ ਖੁਸ਼ ਕਾ ਤੋ ਰਿਹਾ ਠੰਡਾ ਪਾਣੀ ਮਿੱਠਾ ਪਾਣੀ ਮਿੱਠਾ ਪਾਣੀ ਪੀਏਗਾ ਗੱਗੀ ਮੰਦਰਾਂ ਨੂੰ ਨਵਾਵੇਗਾ ਹੈ ਅੱਛਾ ਗੱਗੀ ਮੰਦਰਾਂ ਨੂੰ ਨਵਾਵੇਗਾ ਬਾਈ ਟੀਮਾਂ ਨਹੀਂ ਆਈਆਂ ਦੇਖੋ ਯਾਰ 12 ਵੱਜ ਚੁੱਕੇ ਆ ਅਤੇ ਹਾਲੇ ਵੀ ਟੀਮਾਂ ਨਹੀਂ ਆ ਰਹੀਆਂ ਬਹੁਤ ਮਾੜੀ ਗੱਲ ਆ ਟੀਮਾਂ ਦੇ ਲਈ ਲੰਮੇ ਸਮੇਂ ਬਾਅਦ ਆਈਆਂ ਟੂਰਨਾਮੈਂਟ ਕਰਾ ਅਤੇ ਫਿਰ ਵੀ ਟੀਮਾਂ ਨਹੀਂ ਆ ਰਹੀਆਂ ਗਰਾਊਂਡ ਖਾਲੀ ਪਿਆ ਤੁਸੀਂ ਦੇਖ ਸਕਦੇ ਹੋ ਅਤੇ ਕੁਆਟਰ ਵਾਲੀਆਂ ਟੀਮਾਂ ਆ ਗਈਆਂ ਪ੍ਰੀ ਕੁਆਟਰ ਵਾਲੀਆਂ ਟੀਮਾਂ ਨਹੀਂ ਆ ਰਹੀਆਂ ਵੀਰ ਬਣ ਕੇ ਟੀਮਾਂ ਨੂੰ ਬੇਨਤੀ ਵੀ ਕਦਰ ਕਰਿਆ ਕਰੋ ਸਮੇਂ ਦੀ ਅੱਜ ਦੇਖੋ ਜੀ ਚੱਟਾ ਚੱਟੀ ਹੋਇਆ ਫਿਰਦਾ ਜਿੱਦਾਂ ਬੱਦਲਾਂ ਵਾਂਗੂ ਹੈਂ ਕਿੱਥੇ ਕਰ ਦੇਣ ਗਾਲੀ ਨਾ ਉਹ ਕੈਮਰੇ 'ਚ ਫਿਲਟਰ ਲੱਗਿਆ ਚੱਟਾ ਦਿੰਦਾ ਜਿੱਦਾਂ ਕਿਹੜੀ ਟੀਮ ਲਈ ਖੇਡ ਰਿਹਾ ਬਾਈ ਅੱਜ ਫਿਰ ਹੈ ਬਾਈ ਅੱਛਾ ਕੀ ਲੱਗਦਾ ਫਿਰ ਅੱਜ ਆ ਮਲੂਕ ਵਾਲਾ ਤੈਨੂੰ ਸਾਰੀ ਰਾਤ ਯਾਦ ਕਰਿਆ ਕੀ ਖਵਾਤਾ ਤੈਨੂੰ ਹੈ ਇਹ ਕਹਿੰਦਾ ਵੀਡੀਓ ਬੜੀ ਚੰਗੀ ਲੱਗੀ ਮੈਨੂੰ ਲਾਵਾਂ ਜ਼ੋਰ ਲਾ ਪੂਰਾ ਲਾਉਣਾ ਠੀਕ ਹੈ ਜੀ ਇੱਧਰ ਬਾਈ ਇੱਕ ਐਨਕਾਂ ਵਾਲਾ ਹੋਰ ਖੜਿਆ ਲੈ ਵੀ ਬਾਈ ਤੂੰ ਵੀ ਸੁਣਾ ਦੇ ਕੋਈ ਗੱਲ ਬਾਤ ਗਰਮੀ ਮੰਨੀ ਨਾ ਪਰਨਾ ਪੁਰਨਾ ਲਾ ਦੇ ਗਾਣੇ ਹੀ ਸੁਣਾ ਦੇ ਕੋਈ ਕਿਹੜਾ ਸੁਣਨਾ ਦੱਸ ਤੂੰ ਸੁਣਾ ਦੇ ਕੋਈ ਆਪ ਹੀ ਸੁਣਾ ਦੇ ਜਿਹੜਾ ਤੇਰੇ ਯਾਦ ਆ ਕੋਈ ਯਾਦ ਤਾਂ ਮੇਰੇ ਘੱਟ ਹੈ ਹਾਂ ਯਾਦ ਘੱਟ ਹੀ ਰਹਾ ਆ ਲਾਡੀ ਬਾਈ ਕੀ ਹਾਲ ਚਾਲ ਆ ਬਾਈ ਕੀ ਲੱਗਦਾ ਫਿਰ ਅੱਜ ਪਿੰਡ ਦੀ ਟੀਮ ਤੇ ਕੀ ਲੱਗਦਾ ਮੈਚ ਦਾ ਅੱਛਾ ਇਧਰ ਅਮਰਗੜ੍ਹ ਵਾਲਾ ਕਰੀਮ ਕਰੂਮ ਅੱਜ ਲਾਉਣ ਦੀ ਸਲਾਹ ਨੀ ਅੱਛਾ ਅੱਛਾ ਛੇਕ ਲੱਗਦਾ ਪਾਲਾ ਪੁਲਾ ਤਾਂ ਲੱਗਦਾ ਪਾਲਾ ਲਗਮਾ ਨੀ ਹੁੰਦਾ ਇਹ ਸਾਹਮਣੇ ਕੋਪਕਲਾਂ ਦੀ ਟੀਮ ਦਾ ਬਹੁਤ ਵੱਡਾ ਧੰਨਵਾਦ ਹੈ ਮੁੰਡੇ ਵਿਸ਼ੇਸ਼ ਤੌਰ ਤੇ ਪੁੱਜੇ ਲੰਗਰ ਵੀ ਜਿਹੜਾ ਮਾਰੋ ਮਾਰ ਚੱਲ ਰਿਹਾ ਅਗਲੇ ਵਾਰ ਦੀਆਂ ਟੀਮਾਂ ਆ ਜਾਣ ਨਾਲ ਹੀ ਮੈਂ ਕਦੇ ਉੱਪਰ ਜੋਗਾ ਥੋਆ ਤੇ ਇੱਕ ਵਾਰ ਮਲੁੱਕੇ ਪਿੰਡ ਦਾ ਉਹ ਵੀ ਆ ਜੇ ਬੜੀ ਮਿਹਰਬਾਨੀ ਹੋਣੀ ਹੈ ਭਲਵਾਨ ਦੀ ਟੀਮ ਜਿੱਤ ਗਈ ਇਹ ਸੀ ਬਾਈ ਕੋਪਕਲਾਂ ਦੀ ਟੀਮ ਤੇ ਇੱਧਰ ਟਿੰਕੂ ਸਾਉਣ ਵਾਲਾ ਵੀ ਬੀਜੀ ਆ ਤੇ ਗਰਮੀ ਮੰਨੀ ਖੜਿਆ ਹਾਂ ਉਹ ਤਾਂ ਯਾਰ ਆ ਸਾਡਾ ਕਿੰਗ ਕੋਬਰਾ ਲੈ ਵੀ ਚੱਲ ਪਿਆ ਪਹਿਲਾ ਕੁਆਟਰ ਮੈਚ ਤੇ ਇਹਦੇ ਬਾਅਦ ਹੋਰ ਕਰਾਉਣਾ ਮੁਲਾਕਾਤ ਛੋਟੀ ਕਿਸੇ ਨਾਲ ਲਓ ਜੀ ਲੰਗਰ ਦਾ ਵਧੀਆ ਪ੍ਰਬੰਧ ਆ ਤੇ ਸਿਰਾ ਕੰਮ ਆ ਜਾਵਾਂ ਲੰਗਰ ਦਾ ਦੇਖ ਸਕਦੇ ਹੋ ਜੀ ਬੱਚੇ ਭਾਂਡੇ ਮਾਂਜ ਰਹੇ ਆ ਤੇ ਸੇਵਾ ਕਰ ਰਹੇ ਆ ਇੱਧਰ ਮਾਰੋ ਮਾਰ ਚੱਲਦਾ ਲੰਗਰ ਦਾਲ ਛੋਲਿਆਂ ਦੀ ਚੱਲਦੀ ਆ ਬਾਈ ਅੱਜ ਤੇ ਸੁੱਖੀ ਲਾਲ ਪਿੰਡ ਵਾਲਾ ਸੁੱਖੀ ਲਾਲ ਵਾਲਿਆ ਭਰਨਾ ਹੋਣਾ ਖਾੜ ਜਿੱਥੇ ਵੀ ਟੂਰਨਾਮੈਂਟ ਹੁੰਦਾ ਪਹਿਲੇ ਨੰਬਰ ਤੇ ਆ ਖੜਾ ਜਿੱਥੇ ਸੁੱਕੀ ਕਮਾਵਾ ਇਹੀ ਕਰ ਦਿੰਦਾ ਕਮੈਂਟ ਸੁਖਦੀਪ ਹਨਾ ਹਾਂ ਸਿਮਰਨ ਸਿੱਧੂ ਵੀ ਸੁੱਕੀ ਕਮਾ ਅੰਬਰ ਆਇਆ ਗਾ ਕਿਹੜੀ ਟੀਮ ਚ ਅੰਬਰ ਕਿਹੜੀ ਟੀਮ ਚਾਹਤੇ ਉਹ ਸੁੱਕੀ ਕਮਾ ਇੱਧਰ ਲੰਗਰ ਚੱਲ ਰਿਹਾ ਮਾਰੋ ਮਾਰ ਜੀ ਟੀਮਾਂ ਛਕ ਰਹੀਆਂ ਨੇ ਤੇ ਸੁੱਖੀ ਹਾਂ ਦੋ ਥਾਲ ਭਰ ਲਏ ਤੀਜੇ ਦੀ ਤਿਆਰੀ ਹੈ ਲਾਲ ਪਿੰਡ ਵਾਲੇ ਨੇ ਦੋ ਥਾਲ ਭਰ ਲਏ ਤੀਜੇ ਦੀ ਤਿਆਰੀ ਹੈ ਬਾਈ ਕਾਉਂਟਰੀ ਹੋਰ ਕਰਾਉਣਾ ਮੁਲਾਕਾਤ
ਫਿਰ ਬੀਬੀ ਘਰ ਦਾ ਫਰਦਾ ਆਉਂਦੀ ਆ ਗਰਮੀ ਗਰਮੀ ਗੋਲੀ ਵਾਲਾ ਪੱਤਾ ਕੰਮ ਕਰਦਾ ਪੱਕੀ ਆਈ ਸੁਪਰੇ ਅਰਸ਼ੀ ਦੀ ਬਾਤ ਕਿਵੇਂ ਕਿਵਕੀ ਲਾਦਾ ਟੀਮ ਅੱਜ ਫਿਰ ਹੈਪੀ ਪਿੰਡ ਮੇਰੀ ਟੀਮ ਦਾ ਕੀ ਸਮਾਚਾਰ ਸੀ ਰਨ ਆਊਟ ਕਰਾਤਾ ਤਿੰਨ ਚਾਰ ਹੋ ਗਏ ਬਾਹਰਲਾ ਉਹ ਵੀ ਰਨ ਆਊਟ ਹੋਇਆ ਤੈਨੂੰ ਕਿਹਨੇ ਕਰਾਤਾ ਸਾਡਾ ਫੋਨ ਫਾਨ ਚੱਕ ਲਿਆ ਕਰ ਤੂੰ ਹੈ ਨਾ ਕੋਈ ਰਿਪਲਾਈ ਵਟਸਐਪ ਤੇ ਮੈਸੇਜ ਇੰਨਾ ਕਿੰਨਾ ਕੁ ਵਿਜੀ ਰਹਿਣਾ ਰੰਗ ਵਾਲੀ ਕਾਲਾ ਹੋ ਗਿਆ ਨਾ ਦੋ ਸਾਲ ਪਹਿਲੇ ਤਾਂ ਬਹੁਤ ਚਿੱਟਾ ਸੀ ਹੁਣ ਤਾਂ ਕਾਲਾ ਹੋ ਗਿਆ ਰੰਗ ਹੋਰ ਫਿਰ ਹੋਰ ਕੋਈ ਗੱਲਬਾਤ ਕੀ ਲੱਗਦਾ ਫਿਰ ਸਾਡੇ ਬਲੌਗ ਦਰਸ਼ਕ ਵੀਰਾਂ ਨੂੰ ਕੀ ਕਹਿਣਾ ਹੋ ਗਈ ਸੁਝਾਅ ਦੇਣਾ ਚਾਹੁੰਦੇ ਹੋ ਇਧਰ ਮੌੜਾ ਵਾਲੇ ਨੂੰ ਮੌੜਾ ਵਾਲਾ ਰੁੱਸਿਆ ਬੈਠਾ ਕਿਵੇਂ ਰੁੱਸਿਆ ਬੈਠਾ ਬਾਈ ਹਾਂ ਬਾਈ ਘਟਾ ਦੋ ਥਾਵੇਂ ਖੇਡਣਾ ਅੱਜ ਗੋਲ ਕਿਲੇ ਲੜਦੇ ਨੀ ਖੇਡੋਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਈ ਟਾਈਮ ਦੇਣ ਦੇ ਲਈ ਤੇ ਕੁਲਫੀਆਂ ਵਾਲਾ ਵੀ ਕਹਿੰਦੇ ਬੀਜੀ ਆ ਹੈ ਨੀ ਉਰੇ ਤਾਰੇ ਗਿਆ ਹੋਇਆ ਖਾਣੀ ਆ ਕੁਲਫੀ ਠੀਕ ਆ ਮੈਚ ਚੱਲੀ ਜਾਂਦਾ ਬਾਈ ਹੈਪੀ ਨੇ ਗਰਦ ਕੱਢ ਰੱਖੀ ਇੱਧਰ ਬੇਨੜੇ ਵਾਲੇ ਨੇ ਕਮਾਲ ਜਿਹੜੀ ਕਰ ਦਿੱਤੀ ਹੈ ਤੇ ਧੂਰੇ ਵਾਲਾ ਗੋਰਾ ਕਹਿੰਦਾ ਹੈ ਵੀ ਆਹ ਜਿਹੜਾ ਧੁੱਕੇ ਗੱਡੀ ਤੁਰਿਆ ਆਉਂਦਾ ਹੈਪੀ ਬੇਨੜੇ ਵਾਲਾ ਖੜਕੜ ਕੇ ਜ਼ਰੂਰ ਵੀ ਮਲੂਕੇ ਵਾਲਾ ਸੱਤੂ ਕੋਟੜਾ ਜਿੱਤ ਗਿਆ ਮੋਟਰਸਾਈਕਲ ਬਾਈ ਪਲਟੀਨਾ ਪਲਟੀਨਾ ਮੋਟਰਸਾਈਕਲ ਜਿੱਤ ਗਿਆ ਅੱਜ ਸੱਤੂ ਕੋਟੜਾ ਹਰਜੰਦ ਫਰੇ ਤੋਂ ਇੱਕ ਕਰੂਗਾ ਬਾਬਾ ਨਾਨਕ ਕਿਰਪਾ ਹੈ ਮੋਟਰਸਾਈਕਲ ਟੂਰਨਾਮੈਂਟ ਘੱਟ ਗਿਆ ਨਾ ਯਾਰ ਮੋਟਰਸਾਈਕਲ ਲਿਆਉਣਾ ਹੈ ਨਾ ਪ੍ਰੈਸ਼ ਜ਼ਿਆਦਾ ਰੱਖਣ ਲੱਗ ਗਿਆ ਨਾ ਅੱਜ ਫਿਰ ਕਿਹੜੀ ਟੀਮ ਲਈ ਪ੍ਰਦਰਸ਼ਨ ਕਰ ਰਿਹਾ ਪਹਿਲਵਾਨ ਚ ਕਿਹਦੇ ਨਾਲ ਮੈਚ ਕੁਆਟਰ ਫਲਾਲ ਨਾਲ ਠੀਕ ਹੈ ਇੱਧਰ ਹਨੀ ਪਹਿਲਵਾਨ ਹਨੀ ਪਹਿਲਵਾਨ ਪੂਰਾ ਫਿੱਟ ਹੋਈ ਜਾਂਦਾ ਇੱਧਰ ਜੀ ਤੇ ਹਨੀ ਕੀ ਲੱਗਦਾ ਮੈਚ ਦਾ ਲਾਉਣਾ ਜ਼ੋਰ ਪੂਰਾ ਤੇ ਪਿੰਡ ਵਾਲੇ ਮੁੰਡੇ ਕਿਵੇਂ ਖੇਡ ਰਿਹਾ ਫਿਰ ਹੱਥ ਕਰਦੇ ਆ ਤੇ ਚਲੋ ਕਿਹਦੇ ਨਾਲ ਕੁਆਟਰ ਹਲਾਲ ਨਾਲ ਏਰੀਏ ਦੀ ਟੀਮ ਫਿਰਦੇ ਤੇ ਬਾਕੀ ਨਵੇਂ ਮੁੰਡੇ ਖੇਡਦੇ ਪੁਰਾਣੇ ਖੇਡਦੇ ਨਾਲ ਕੋਈ ਬਹੁਤ ਤਗੜੇ ਛੱਕੇ ਮਾਰਿਆ ਪਿਛਲੇ ਮੈਚ ਦੇ ਵਿੱਚ ਤੇ ਵਧੀਆ ਬਹੁਤ ਸੋਹਣੇ ਛੱਕੇ ਮਾਰੇ ਮੁੰਡੇ ਨੇ ਯਾਰ ਅਮਨ ਅਮਨ ਨੇ ਬਹੁਤ ਤਗੜੇ ਛੱਕੇ ਮਾਰੇ ਪਹਿਲਾਂ ਪਿਛਲੇ ਮੈਚ ਦੇ ਵਿੱਚ ਸੰਗਦਾ ਵਾਲਾ ਉਹ ਭੱਜ ਗਿਆ ਦੇਖ ਤੇ ਆ ਬਈ ਪਹਿਲਵਾਨ ਦੀ ਟੀਮ ਆ ਤੇ ਇਹਨਾਂ ਦਾ ਹੁਣ ਖੇਡਿਆ ਜਾਣਾ ਕੁਆਟਰ ਤੀਜਾ ਅਲਾਲ ਟੀਮ ਨਾਲ ਤੇ ਇਸ ਤੋਂ ਬਾਅਦ ਹੋਰ ਟੀਮ ਨਾਲ ਤੁਹਾਡੀ ਕਰਾਉਣੇ ਆ ਮੁਲਾਕਾਤ ਕਿਸੇ ਨਾਲ ਤੇ ਹੋਰ ਟੀਮ ਨਾਲ ਲਓ ਜੀ ਬਈ ਆ ਬਾਈ ਦੀ ਧੂਰੇ ਪਿੰਡ ਦੇ ਵਿੱਚ ਦੁਕਾਨ ਆ ਬੈਟਾਂ ਦੀ ਤੇ ਬਹੁਤ ਲਵੀ ਵਿੱਚ ਆ ਕੇ ਦਿਖਾ ਦੇ ਮਾੜੇ ਜੀ ਕਿੱਦਾਂ ਦੇ ਆ ਬੈਟ ਕਿਸੇ ਵੀ ਪਲੇਅਰ ਨੇ ਜਿਹੜੇ ਲੈਣੇ ਹੁਣ ਤੇ ਸੰਪਰਕ ਹਾਂ ਅੱਛਾ ਇਹ ਬੈਟ ਪੂਰਾ ਚਰਚਾ ਚਾਹ ਨਾਗ 5000 ਹੈ ਤੇ ਆ ਦੂਜਾ ਹੋਰ ਦੇ ਆ ਹੈਰਿਸ ਕੋਮ ਠੀਕ ਆ ਬਾਈ ਅੱਛਾ ਠੀਕ ਹੈ ਤੇ ਬਾਈ ਫਿਰ ਇਹਦਾ ਆਪਣਾ ਡਰੈਸ ਡਰੁੱਸ ਸਾਡੇ ਦਰਸ਼ਕਾਂ ਨੂੰ ਦੱਸੋ ਇਹਦੇ ਨੰਬਰ ਨੁੰਬਰ ਵੀ ਬੋਲ ਦਿਓ ਤੁਹਾਡਾ ਮੇਰਾ ਨੰਬਰ ਹੈਗਾ 99
ਪੰਜਾਬੀ ਚ ਬੋਲ ਦੋ ਪੰਜਾਬੀ ਚ 99888 7983 ਤੇ ਕਿਤੇ ਧੂਰੇ ਪਿੰਡ ਦੇ ਵਿੱਚ ਦੁਕਾਨ ਆਪਣੀ ਧੂਰੀ ਤੋਂ ਪਲਮਾਨ ਰੋਡ ਤੇ ਆਪਣੀ ਦੁਕਾਨ ਆ ਗਈ ਜੇ ਇਕੱਲੇ ਬੈਠੀ ਆ ਜਾਂ ਹੋਰ ਵੀ ਆ ਕੁਛ ਮੈਂ ਮੇਰਾ ਕੰਮ ਤਾਂ ਵੈਸੇ ਬਣਾਇਲ ਦਾ ਕੰਮ ਆ ਆਪਾਂ ਮੋਟਰਸਾਈਕਲ ਦੇ ਟੇਪਾਂ ਵਗੈਰਾ ਨੰਬਰ ਪਲੇਟਾਂ ਦਾ ਕੰਮ ਆ ਵੈਸੇ ਨਾਲ ਅੱਛਾ ਅੱਛਾ ਹਾਂ ਉਹਦੇ ਨਾਲ ਆਪਾਂ ਬੈਟ ਰੱਖਦੇ ਠੀਕ ਆ ਬਾਈ ਕਿਸੇ ਵੀ ਟੀਮ ਵਾਲੇ ਨੇ ਬੈਟ ਚਾਹੀਦੇ ਆ ਤੇ ਜਿਹੜੇ ਵੀਡੀਓ ਦੇਖਣਗੇ ਆਪਣੇ ਚੈਨਲ ਦੇ ਉੱਤੇ ਤੇ ਆ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਬਾਈ ਨੇ ਬੋਲਤਾ ਤੇ ਬਹੁਤ ਘੈਂਟ ਬੱਲੇ ਨੇ ਬਾਈ ਪੂਰੀ ਵਧੀਆ ਘੈਂਟ ਸਿਰਾ ਜੀ ਯਾਦ ਤੁਹਾਨੂੰ ਦਿਖਾ ਦੇ ਮੈਂ ਬੱਲੇ ਤੇ ਬਾਈ ਨੇ ਨੰਬਰ ਬੋਲਤਾ ਤੇ ਤੁਸੀਂ ਤੇ ਆਹ ਬਾਈ ਦਾ ਐਡਰੈਸ ਆ ਬਾਈ ਜੀ ਯਾਦ ਦੇਖ ਲਓ ਤੁਸੀਂ ਤੇ ਬਾਕੀ ਮੈਂ ਇਹਨੂੰ ਵਿੱਚ ਮੈਂਸ਼ਨ ਕਰ ਦੂੰਗਾ ਬਾਈ ਦਾ ਨੰਬਰ ਜਿਹੜਾ ਇਹਦੇ ਵਿੱਚ ਬਲੌਗ ਦੇ ਵਿੱਚ ਉਹ ਮੈਸੇਜ ਕਰ ਦੂੰਗਾ ਤੇ ਬਾਕੀ ਜਿੱਦਾਂ ਵੀ ਹੋਇਆ ਬਾਈ ਜੀ ਨਾਲ ਸੰਪਰਕ ਕਰ ਲਿਓ ਧੂਰੇ ਪਿੰਡ ਦੁਕਾਨ ਆ ਬਾਈ ਦੀ ਤੇ ਸਾਰੇ ਇੱਕ ਵਾਰ ਜ਼ਰੂਰ ਆ ਕੇ ਜਾਇਓ ਦੁਕਾਨ 'ਤੇ ਬਹੁਤ ਘੈਂਟ ਬੱਲੇ ਆ ਅਤੇ ਜਿਹੜੇ ਵੀਡੀਓ ਦੇਖਣਗੇ ਆਪਣੇ ਚੈਨਲ ਮਾਨਸਾ ਕ੍ਰਿਕਟ ਫੇਵਰ 'ਤੇ ਅਤੇ ਉਹ ਜ਼ਰੂਰ ਬਾਈ ਨਾਲ ਸੰਪਰਕ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬਰ ਵੀ ਜ਼ਰੂਰ ਕਰ ਲਿਓ ਮੁਲਾਕਾਤ ਕਰਾਉਂਦੇ ਹਾਂ ਹੁਣ ਟੀਮ ਸੈਮੀ 'ਚ ਵੀ ਪਹੁੰਚ ਗਈ ਆ ਅਤੇ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਹੁਣ ਅਲਾਲ ਦੀ ਟੀਮ ਦੇ ਨਾਲ ਆਹ ਬੋਲਰ ਬੈਠਾ ਜੀ ਇਹਨੇ ਕੁਆਟਰ ਫਾਈਨਲ ਦੇ ਵਿੱਚ ਲਾਈ ਫਤਿਹ ਸਾਂਝੀ ਕਰੀ ਕਰਾਂ ਡਾ ਡੂਰ ਲਾਦਾ ਜੀ ਕੇ ਫਿਰ ਅੱਛਾ ਬੈਟਾਂ ਹੀ ਪਾਈ ਗਿਆ ਹੈ ਅੱਛਾ ਜੇ ਕਿਤੇ 19-21 ਹੋ ਜਾਂਦੀ ਫਿਰ ਤੈਨੂੰ ਕੱਕੜ ਵਾਲੇ ਚੌਂਕ ਤੱਕ ਤੁਰ ਕੇ ਜਾਣਾ ਪੈਂਦਾ ਇਹ ਗੱਲ ਪੱਕੀ ਹੈ ਆਹ ਸੁੱਖੀ ਲਾਲ ਵਾਲਾ ਇਹ ਬਤੰਦਰ ਕਹਿੰਦੇ ਮਿਸ ਪੂਜਾ ਵਾਂਗੂ ਹੱਸਣ ਦੀ ਰਹਿੰਦਾ ਅੱਠੋ ਪਹਿਰਾਂ ਖੁਸ਼ ਹੀ ਰਹਿੰਦਾ ਅੱਠੋ ਪਹਿਰਾਂ ਹਾਂ ਇਹ ਬਾਈ ਸੁੱਖੀ ਲਾਲ ਵਾਲਾ ਪਹਿਲਾਂ ਵੀ ਦੱਸਿਆ ਤੁਹਾਨੂੰ ਮੈਂ ਵੀ ਕਮੈਂਟਰੀ ਕਰਦਾ ਵੀ ਉਹਨੂੰ ਮੌਕਾ ਦਿਆ ਕਰੋ ਬਾਈ ਇਹਦਾ ਨੰਬਰ ਮੈਂ ਲਿਖ ਦੂੰਗਾ ਵਿੱਚ ਅਤੇ ਦਿਓ ਬਾਈ ਉਹਨੂੰ ਮੌਕਾ ਯਾਰ ਨਾ ਪਹਿਲੇ ਦੋ ਦਿਨਾਂ ਦੇ ਵਿੱਚ ਲਵਾ ਦਿਆ ਕਰੋ ਇੱਕ ਦੋ ਦਿਨ ਵੀ ਇੰਨੀ ਜਲ ਬੰਦਾ ਸਿੱਖ ਜੂਗਾ ਆਹ ਗੁਰਕੀਰਤ ਬਾਈ ਪੁਰਾਣਾ ਪਲੇਅਰ ਲਾਲ ਵਾਲਾ ਕੀ ਲੱਗਦਾ ਬਾਈ ਟੀਮ ਅੱਜ ਵਧੀਆ ਖੇਡੀ ਜਾਂਦੇ ਆ ਸਾਰੇ ਜ਼ੋਰ ਲਾ ਰਹੇ ਆ ਅਤੇ ਆਹ ਬੱਲੇ ਬੱਲੇ ਕਰਾ ਰਿਹਾ ਇੱਧਰੋਂ ਹੈ ਤੇ ਆਹ ਬਾਈ ਰੁੱਬਲ ਆ ਇੰਨੇ ਬਾਜਵੇ ਵਾਲਾ 60 ਰਨ ਮਾਰਿਆ ਬਾਈ ਇਹਨੇ 31 ਰਨ ਰਹਿ ਗਏ ਸੀ ਲਾਸਟ ਓਵਰ ਦੇ ਵਿੱਚ ਮੂੰਹ ਦਾ ਉੱਤੇ ਚੱਕ ਲਾ ਸੰਗੀ ਕਹਿੰਦਾ ਤੇ ਇਹਨੇ 31 ਰਨ ਪਾਇਆ ਬਾਈ ਲਾਸਟ ਓਵਰ 'ਚ ਅਤੇ ਸਿਰਾ ਹੀ ਲਾਇਆ ਹਾਂ ਆਈਆਂ ਇਹ ਬੰਦੇ ਨੂੰ ਮੌਕਾ ਦਿਆ ਕਰੋ ਖੇਡਣ ਦਾ ਬਾਈ ਐਂ ਨਾ ਦੇਖਿਆ ਕਰੋ ਵੀ ਆਪਾਂ ਵੀ ਵੱਡੇ ਪਲੇਅਰ ਹੀ ਖਿਡਾਉਣੇ ਆ ਨਾ ਅਤੇ ਬਹੁਤ ਵਧੀਆ ਇੱਥੇ ਸਾਰੇ ਅੰਡਰ ਵਾਲੇ ਮੁੰਡੇ ਨੇ ਸੈਮੀ ਫਾਈਨਲ ਤੱਕ ਪਹੁੰਚ ਗਏ ਬਾਬੇ ਦੀ ਕਿਰਪਾ ਨਾਲ ਮੁੰਡੇ ਤਕੜਾ ਖੇਡੇ ਨੇ ਤੇ ਅੱਗੇ ਵੀ ਤਕੜਾ ਖੇਡਾਂਗੇ ਬਾਕੀ ਫੀਲਡਿੰਗ ਤੇ ਬਹੁਤ ਹੁੰਦਾ ਬਾਈ ਫੀਲਡਿੰਗ ਸਹੀ ਹੋਣੀ ਚਾਹੀਦੀ ਟੀਮ ਆਟੋਮੈਟਿਕ ਜਿੱਤ ਜਾਂਦੀ ਹੈ ਤੇ ਆਹ ਕਿਵੇਂ ਬਾਈ ਇੱਧਰ ਕਬੱਡੀ ਖੇਡਣਾ ਇੱਧਰ ਹੈ ਬਾਈ ਕਬੱਡੀ ਖੇਡੇਗਾ ਦੋ ਜਣੇ ਨੇ ਆ ਗਿਆਨੀ ਅੰਪਾਇਰ ਖੜਿਆ ਹੈ ਇਹ ਰੈਫਰੀ ਆ ਐਥਲੀਟ ਹੈ ਗਿਆਨੀ ਗਿਆਨੀ ਹਾਂ ਗਿਆਨੀ ਇੱਧਰ ਤਾਂ ਜਾ ਉਹਦਾ ਸੰਗਦੀ ਵਾਲਾ ਤੇ ਚਲੋ ਬਾਈ ਵਧੀਆ ਆਉਣਾ ਟੀਮ ਫਾਈਨਲ ਖੇਡੇ ਬਾਬਾ ਨਾਨਕ ਕਿਰਪਾ ਰੱਖੇ ਜੇ ਫਾਈਨਲ 'ਚ ਜਾਂਦੀ ਹੈ ਟੀਮ ਦੇ ਫਾਈਨਲ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਾਂਗੇ ਬਾਈਆਂ ਦੇ ਨਾਲ ਬਾਬਾ ਨਾਨਕ ਕਿਰਪਾ ਕਰੇ ਫਾਈਨਲ ਖੇਡੇ ਅਤੇ ਉਦੋਂ ਬਾਅਦ ਫਿਰ ਤੁਹਾਡੀ ਦੁਬਾਰੇ ਫਿਰ ਗੱਲ ਕਰਾਵਾਂਗੇ ਲਓ ਜੀ ਪ੍ਰਾਈਜ਼ਾਂ ਤੋਂ ਬਾਅਦ ਟੂਰਨਾਮੈਂਟ ਸਮਾਪਤ ਅਲਾਲ ਵਾਲੇ ਨੂੰ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਯਾਰਾਂ ਅਤੇ ਸੈਕਿੰਡ ਪ੍ਰਾਈਜ਼ ਅਲਾਲ ਟੀਮ ਸੈਕਿੰਡ ਪ੍ਰਾਈਜ਼ ਅਲਾਲ ਦੀ ਟੀਮ ਰਹੀ ਹੈ ਮੇਰੇ ਸੈਕਿੰਡ ਪ੍ਰਾਈਜ਼ ਲਓ ਜੀ ਫਸਟ ਪ੍ਰਾਈਜ਼ ਕੁੱਪ ਕਲਾਂ ਅਤੇ ਬਾਹਰੋਂ ਖੇਡਿਆ ਹਰਸ਼ ਅਮਰਗੜ 25,000 ਦੀ ਜੇਤੂ ਮੁਬਾਰਕਾਂ ਬਹੁਤ ਵਧੀਆ ਖੇਡੇ ਮੁੰਡੇ ਸਾਰੀਆਂ ਟੀਮਾਂ ਜਿਹੜੀਆਂ ਸੀ ਮੇਰਾ ਗੁੜੀਆਂ ਸਾਰੀਆਂ ਟੀਮਾਂ ਦਾ ਪਹਿਲਾਂ ਧੰਨਵਾਦ ਕਰਦੇ ਆਪਾਂ ਆ ਗਿਆ ਛੋਟਾ ਕੋਟਾ ਬਾਈ ਵਧੀਆ ਖੇਡਿਆ ਪਲੇਅਰ ਤਾਂ ਸਨਮਾਨ ਕੀਤਾ ਜਾ ਰਿਹਾ ਵਧੀਆ ਖੇਡਿਆ ਟੂਰਨਾਮੈਂਟ ਦੇ ਵਿੱਚ ਜਿਹੜਾ ਵਧੀਆ ਖੇਡਿਆ ਸੀ ਉਹਨੂੰ ਦਿੱਤਾ ਹਰਸ਼ ਅਮਰਗੜ
लो जी हर्ष अमरगढ़ का सम्मान किया जा रहा है, बहुत वधिया खेडा टूरनामेंट दे कप नाल सम्मान किया गया। लो जी लाडी कप कला मुबारक जी, 57 रन 5 विकेट पिंड वाला कर सकदा 57 रन दे 5 विकेट ने लाडी दी है 5 पिंड वाला 5100 जी शीट दे तला 5100 रुपया लाडी कप कला ताड़ी मारो जोर नाल एक बारी होर यार बहुत बढ़िया खेडा बंडा ते कला जड़ियां लाइयां टकाड़ी हां जी वीर जी परगड़िया ताड़ी मारो यार लो जी आ मुंडा बेस्ट बॉलर अज नवा निकला बहुत बहुत मुबारक नवा पांच छे बटा ही मिला दिया पूरा फिटा इधर हरमन धूरी जी दे बैट बड़े प्रसिद्ध है ते की समाचार है जी मेले दा टूरनामेंट किवें लग्या जी वधिया सी जी ठीक है जी ठीक है जी बहुत बहुत धन्यवाद है इधर कलवीर धूरा एरिए मेला ऋषि धूरी एक बार दोबारे फिर सुन ऋषि धूरी जी ना गए नाग यार दा यार है ऋषि धूरी जिदी चढ़ाई है कहते फेसबुक पूरी।